सत श्री अकाल दोस्तों, न्यूज पंजाब दे चैनल देख रहे तमाम दर्शकों का हार्दिक स्वागत है। दोस्तों, जिस तरह कि असी हर रोज कोरोना वायरस के मुद्दे से गलबात करते हैं, जानते हाँ देश दुनिया की जी हर रोज नवी अपडेट, असी अज भी इस मुद्दे से ही गलबात करांगे। साडे नाल जिस तरह कि हर रोज की तरह मनप्रीत जी आपां जी कोरोना वायरस के गलबात जी उतनी अपडेट अपन दसते हैं, अज भी जेडे सा मनप्रीत जी बैठे हैं, असी इन तो जाणांगे देश दुनिया की जी अज की की अपडेट है, नवी अपडेट की जानकारी तुम्हें देन जा रहे हैं मनप्रीत जी के नाल। मनप्रीत जी, तुहाडा स्वागत है साडे चैनल जी। मनप्रीत जी, जिस तरह की दिनों दिन ब दिन जी है स्थिति कोरोना वायरस की ये वधदी जा रही है, ਇਹਦੇ ਬਾਰੇ ਜਿਹੜਾ ਹੈਗਾ ਅੱਜ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਆ ਜਾਵੇ, ਜਿਹੜੀ ਅੱਜ ਕਿੱਥੇ ਕਿੱਥੇ ਜਿਹੜੇ ਹੈਗਾ ਕੇਸ ਵਧੇ ਆ, ਕਿੱਥੇ ਕਿੱਥੇ ਜਿਹੜੇ ਹੈਗੇ ਘਟੇ ਆ, ਕੀ ਸਥਿਤੀ ਆ ਜੀ ਜਿਹੜੀ ਹੈਗੀ ਆ? ਘੱਟ ਤਾਂ ਕਿਤੇ ਨਹੀਂ ਰਹੇ ਜੀ, ਵਧੇ ਰਹੇ ਆ, ਵਧੇ ਜਾ ਰਹੇ ਆ। 2 ਮਿਲੀਅਨ ਦੇ ਕਰੀਬ ਪਹੁੰਚਣ ਵਾਲੇ ਆ, 22 ਲੱਖ ਦੇ ਕਰੀਬ ਪਹੁੰਚਣ ਵਾਲੇ, ਸਿਰਫ 16,000 ਦਾ ਫਰਕ ਰਹਿ ਗਿਆ। ਬਹੁਤ ਬਹੁਤ ਮਾੜੀ ਗੱਲ ਆ, ਘਟਣ ਦੀ ਬਜਾਏ ਕਰੋ ਤੁਹਾਨੂੰ ਵਧੇ ਜਾ ਰਿਹਾ ਆ ਜਿਹੜਾ 22 ਲੱਖ ਕੇਸ, 22 ਲੱਖ ਵਾਪਸ 22 ਲੱਖ ਕੇਸ ਦਰਸ਼ਕੋ ਜਿਹੜਾ ਹੈਗਾ ਅੱਜ ਦੀ ਜਿਹੜੀ ਹੈਗੀ ਨਵੀਂ ਅਪਡੇਟ ਆ, 22 ਲੱਖ ਪਹੁੰਚ ਰਹੀ ਹੈਗੀ ਆ ਪਾਰ ਕਰਨ ਵਾਲੀ ਹੈ। ਬਸ ਬਸ ਤੇ ਡੈਥ ਹੋ ਚੁੱਕੀਆਂ ਅੱਜ ਦੀ ਪੂਰੇ ਓਵਰ ਵਰਲਡ ਦੇ ਵਿੱਚ 1,46,899, ਮੀਨਸ ਕਿ 1,47,000 ਦੇ ਕਰੀਬ। ਦੇਖੋ ਅੱਜ ਦੀ ਜਿਹੜੀ ਲੇਟੈਸਟ ਜਿਹੜੀ ਅਪਡੇਟ ਆ 1,46,000 ਬਲਕਿ 47,000 ਹੀ ਹੋਣ ਵਾਲੀ ਹੈ ਜੀ ਮੰਨਿਆ ਜਾਵੇ ਤਾਂ, ਤੇ ਹੁਣ ਤੱਕ ਜਿਹੜੇ ਰਿਕਵਰ ਹੋਏ ਆ ਲੋਕ ਸਿਰਫ ਹਾਂਜੀ ਹਾਂਜੀ ਉਹ ਸਿਰਫ 5,53,000 ਦੇ ਕਰੀਬ, 5,53,000 ਜਿਹੜੇ ਕਵਰ ਵੀ ਹੋ ਗਏ, ਰਿਕਵਰ ਹੋ ਚੁੱਕੇ ਆ, ਕਵਰ ਹੋਏ ਆ ਉਹਨਾਂ ਦੇ। ਇਹਦਾ ਕੋਈ ਸੋਲੂਸ਼ਨ ਨਿਕਲਦਾ ਨਹੀਂ ਪਿਆ ਜੀ, ਤੇ 215 ਜੀ ਜਿੰਨੇ ਵੀ ਦੇਸ਼ ਹੈਗੇ ਪੂਰੇ ਦੁਨੀਆ ਦੇ ਵਿੱਚ ਜੀ, ਹਰੇਕ ਦੇਸ਼ ਦੇ ਵਿੱਚ, ਹਰੇਕ ਟੈਰੀਟਰੀ ਦੇ ਵਿੱਚ, ਹਰੇਕ ਆਈਲੈਂਡ ਦੇ ਵਿੱਚ ਜੀ ਤਕਰੀਬਨ ਪਹੁੰਚ ਚੁੱਕੀ ਹੈ ਜੀ। ਜਿਵੇਂ ਆਪਾਂ ਇੱਕ ਦੇਸ਼ ਦੇ ਤੌਰ ਤੇ ਕਹਿ ਸਕਦੇ ਹਾਂ ਜੀ, ਜਾਂ ਜੋ ਕੋਈ ਟੈਰੀਟਰੀ ਹੁੰਦੀ ਆ ਉਹਦੇ ਲਈ, ਹਰੇਕ ਵਿੱਚ 215 ਨੇ ਪੂਰੇ ਵਰਲਡ ਵਿੱਚ ਹਰੇਕ ਵਿੱਚ ਜੀ ਬਿਮਾਰੀ ਪਹੁੰਚ ਚੁੱਕੀ ਆ, ਪਹੁੰਚ ਚੁੱਕੀ ਆ। ਦਰਸ਼ਕੋ, ਜਿਹੜਾ ਹੈਗਾ ਬਿਮਾਰੀ ਦਿਨ ਬਾਏ ਦਿਨ ਘਟਣ ਦੀ ਬਜਾਏ ਵੱਧਦੀ ਦਿਖਾਈ ਦੇ ਰਹੀ ਹੈ, ਅਸੀਂ ਅਪੀਲ ਕਰਦੇ ਹਾਂ ਆਪਣੇ ਜੋ ਦਰਸ਼ਕ ਸਾਡੇ ਨਾਲ ਜੁੜੇ ਹਨ ਜਾਂ ਸਾਡੀ ਵੀਡੀਓ ਨੂੰ ਦੇਖ ਰਹੇ ਹੋਣਗੇ, ਅਸੀਂ ਉਹਨਾਂ ਨੂੰ ਹਰ ਰੋਜ਼ ਇਹੀ ਅਪੀਲ ਕਰਦੇ ਹਾਂ ਕਿ ਤੁਸੀਂ ਸਮਾਜਿਕ ਦੂਰੀ ਜਿਹੜੀ ਬਹੁਤ ਜ਼ਰੂਰੀ ਹੈ, ਜੇਕਰ ਆਪਾਂ ਇਸ ਬਿਮਾਰੀ 'ਤੇ ਰੋਕ ਲਗਾਉਣੀ ਹੈ, ਜੇਕਰ ਉਸਦੀ ਚੈਨ ਨੂੰ ਤੋੜਨਾ ਹੈ, ਤਾਂ ਸਾਨੂੰ ਸਮਾਜਿਕ ਦੂਰੀ ਦਾ ਜਿਹੜਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ। ਪਰ ਲੋਕ ਸਮਝ ਨਹੀਂ ਰਹੇ ਜੀ। ਜੀ ਮਨਪ੍ਰੀਤ ਜੀ, ਇੱਕ ਕੁਝ ਦਿਨ ਪਹਿਲਾਂ ਕੇਸ ਆਇਆ, ਸ਼ਾਇਦ ਤੁਹਾਨੂੰ ਪਤਾ ਲੱਗਿਆ ਹੋਗਾ, ਇੱਕ ਜਲੰਧਰ ਦੀ ਨਾਮ ਚੇਨ ਯੂਨੀਵਰਸਿਟੀ ਹੈ ਜੀ ਜੀ, ਉਸ ਤੋਂ ਇੱਕ ਲੜਕੀ ਪੋਜ਼ਿਟਿਵ ਆਈ ਸੀ ਜੀ ਜੀ, ਉਸ ਤੋਂ ਬਾਅਦ ਉਹਨੂੰ ਯੂਨੀਵਰਸਿਟੀ ਨੂੰ, ਐਕਚੁਅਲੀ ਯੂਨੀਵਰਸਿਟੀ ਲੋਕਲ ਨਹੀਂ ਕਹਿ ਸਕਦੇ ਆਪਾਂ, ਕਿਉਂਕਿ ਫੋਰਨ ਸਟੂਡੈਂਟ ਵੀ ਆਉਂਦੇ ਨੇ ਜੀ, ਤੇ ਵਿਦੇਸ਼ ਦੇ ਸਟੂਡੈਂਟ ਦੋਨੇ ਬਹੁਤ ਬਿਲਕੁਲ ਕਾਫੀ ਇੱਥੇ ਕਾਫੀ ਹਾਂਜੀ, ਉਹਦੇ ਤਕਰੀਬਨ ਕਹਿੰਦੇ ਕਿ 2000 ਪਲੱਸ ਜੋ ਪਰਸਨ ਨੇ ਉੱਥੇ ਫਸੇ ਹੋਏ ਨੇ ਜੀ ਮਤਲਬ, ਉਹ ਯੂਨੀਵਰਸਿਟੀ ਪੂਰੀ ਤਰ੍ਹਾਂ ਸੀਲ ਕਰ ਦਿੱਤੀ ਹੈ ਜੀ। ਕੱਲ ਤੁਹਾਨੂੰ ਪਤਾ ਲੱਗਿਆ ਕਿ ਪ੍ਰਸ਼ਾਸਨ ਨੇ ਉਹਨਾਂ ਨੂੰ ਜੀ, ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਨੋਟਿਸ ਭੇਜਿਆ, ਕਾਰਨ ਦੱਸੋ ਕਿ ਇੰਨੇ ਲੋਕ ਇਕੱਠੇ ਇੱਥੇ ਸੀ ਤੇ ਤੁਸੀਂ ਸਾਨੂੰ ਦੱਸਿਆ ਕਿਉਂ, ਇਹ ਅਨਲੀਗਲ ਤੌਰ ਤੇ ਗਲਤ ਵੀ ਹੋ ਰਿਹਾ ਜੇ ਕਿਤੇ। ਚਲੋ ਜੀ, ਇਹ ਤਾਂ ਇਹਨੂੰ ਦੇਖ ਰਹੇ ਹਨ ਲੋਕ, ਕਹਿ ਰਹੇ ਕਿ ਹਾਂਜੀ ਜਿਹੜੇ ਅਨਪੜ੍ਹ ਲੋਕ ਹੈਗੇ ਆ ਉਹ ਨਹੀਂ ਸੋਚਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਪਿਆ, ਬਿਲਕੁਲ ਐਜੂਕੇਟਡ ਲੋਕ ਜੋ ਉਹ ਨਹੀਂ ਸਮਝ ਰਹੇ ਸਰ। ਹਾਂਜੀ, ਬਹੁਤ ਮਾਦਭਾਗੀ ਗੱਲ। ਮਨਪ੍ਰੀਤ ਜੀ, ਜੇ ਜਲੰਧਰ ਦੀ ਗੱਲ ਕਰੀਏ ਤਾਂ 25 ਕੇਸ ਸੀ ਕੱਲ ਜਿਹੜੇ ਹੈਗੇ ਸੀ, ਜੋ ਕਿ ਅੱਜ ਪਤਾ ਲੱਗਾ ਸਾਨੂੰ, ਅੱਜ ਦੀ ਜਿਹੜੀ ਅਪਡੇਟ ਆ 6-7 ਜਿਹੜੇ ਹੈਗੇ ਮਰੀਜ਼ ਜਿਹੜੇ ਹੋਰ ਪਾਏ ਗਏ ਆ ਪੋਜ਼ਿਟਿਵ, ਉਹਦੇ ਵਿੱਚ 31 ਜਿਹੜੇ ਹੈਗੇ ਟੋਟਲ ਜਿਹੜੇ ਜਲੰਧਰ ਦੇ ਕੇਸ ਆ, 31 ਕੇਸ ਜਿਹੜੇ ਕਹਿ ਦਈਏ ਕਿ ਅੱਜ ਜਿਹੜੇ ਹੈਗੇ ਪੋਜ਼ਿਟਿਵ ਹੈਗੇ ਆ, ਇਹ ਵੀ ਬਹੁਤ ਮੰਦਭਾਗੀ ਗੱਲ। ਜਲੰਧਰ ਦੇ ਵਿੱਚ ਨਾ ਐਕਚੁਅਲੀ ਕੱਲ੍ਹ ਵੀ ਤੁਹਾਨੂੰ ਦੱਸਿਆ ਸੀਗਾ, 2 ਪੱਤਰਕਾਰ ਭਾਈ ਚੱਲ ਰਹੇ ਜੋ, ਹਾਂਜੀ ਹਾਂਜੀ, ਹਿਮਾਚਲ ਗਏ ਜੋ ਵੀ ਪੋਜ਼ਿਟਿਵ ਪਾਏ ਗਏ ਜੀ ਪਾਏ ਗਏ ਆ। ਜਲੰਧਰ ਦੀ ਸਥਿਤੀ ਬਹੁਤ ਖਤਰਨਾਕ ਹੋ ਰਹੀ ਹੈ ਇਸ ਟਾਈਮ ਜੀ, ਇਸ ਟਾਈਮ 31 ਪੇਸ਼ੈਂਟ ਜਿਹੜੇ ਹੈਗੇ ਉੱਥੇ ਪੋਜ਼ਿਟਿਵ, ਤੰਗ ਗਲੀਆਂ ਨੇ ਜੀ, ਲੋਕ ਬਹੁਤ ਨਜ਼ਦੀਕੀਆਂ ਰਹਿੰਦੇ ਨੇ ਜੀ ਜੀ, ਠੀਕ ਹੈ, ਕੋਈ ਉੱਥੇ ਚਲੋ ਆਰਮੀ ਵੀ ਲੱਗੀ ਹੋਈ ਆ, ਔਰ ਸੱਚ ਵੀ ਆਰਮੀ ਲੱਗੀ ਆ, ਪਰ ਲੋਕ ਫਿਰ ਵੀ ਨਹੀਂ ਸਮਝ ਪਾ ਰਹੇ ਜੀ ਜੀ। ਹਾਲਾਂਕਿ ਇਹ ਮੰਨਿਆ ਜਾਂਦਾ ਕਿ ਜਲੰਧਰ ਨੂੰ ਸਭ ਤੋਂ ਜ਼ਿਆਦਾ ਐਜੂਕੇਟਰ ਡਿਸਟ੍ਰਿਕਟ ਹੈ, ਜੋ ਮੇਨ ਮੇਨ ਯੂਨੀਵਰਸਿਟੀਆਂ ਨੇ ਟੈਕਨੀਕਲ ਜਾਂ ਨਾਰਮਲ ਜਲੰਧਰ ਤੋਂ ਹੀ ਆਪਰੇਟ ਕਰਦੀਆਂ ਨੇ ਸਾਰਾ ਜੀ, ਉੱਥੇ ਵੀ ਪ੍ਰੋਬਲਮ ਆ ਰਹੀ ਜੀ। ਮਨਪ੍ਰੀਤ ਜੀ, ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਅਮੈਰੀਕਾ USA ਉੱਥੋਂ ਦੀ ਜਿਹੜੀ ਜਿਹੜੇ ਕਾਫੀ ਜਿਹੜਾ ਉਪਾਅ ਕਰ ਗਿਆ ਹੈ
ਫਲੋਰੀਡਾ ਵਿਚ ਵੀ 23,000 ਪਲੱਸ ਕੇਸ ਹੋ ਚੁੱਕੇ ਨੇ 660 ਡੈਥ ਉੱਥੇ ਹੋ ਚੁੱਕੀ ਹੈ ਲੂਸੀਆਨਾ ਦੇ ਵਿੱਚ 22,000 ਕੇਸ ਹੋ ਚੁੱਕੇ ਨੇ ਕੋਈ ਛੋਟਾ ਜਿਹਾ 1156 ਜੋ ਲੋਕਾਂ ਦੀ ਡੈਥ ਉੱਥੇ ਹੋ ਚੁੱਕੀ ਹੈ ਹੁਣ ਦੇਖਿਆ ਜਾਵੇ ਹਿੰਦੀ ਸੀ ਜੋ ਉਹਦੇ ਵਿੱਚ ਵੀ 11,000 ਕੇਸ ਆ ਚੁੱਕੇ ਨੇ 583 ਲੋਕਾਂ ਦੀ ਡੈਥ ਉੱਥੇ ਵੀ ਹੋ ਚੁੱਕੀ ਹੈ ਯੂਐਸ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਅਤੇ ਉੱਥੋਂ ਵਾਲੇ ਜੋ ਕਹਿੰਦੇ ਹੁੰਦੇ ਆ ਕਿ ਰਾਜਾ ਮਾਲਕ ਜਾਂ ਕੋਈ ਵੀ ਜੀ ਜੀ ਅਜੇ ਤੱਕ ਲੋਕਡਾਊਨ ਬਾਰੇ ਗੱਲ ਵੀ ਅਸੀਂ ਉੱਥੋਂ ਗੱਲ ਕੀਤੀ ਸੀ ਮਨਪ੍ਰੀਤ ਜੀ ਆਪਾਂ ਕੱਲ੍ਹ ਵੀ ਇਸ ਮੁੱਦੇ 'ਤੇ ਗੱਲ ਕਰਦੇ ਕਿ ਉੱਥੋਂ ਦਾ ਜਿਹੜਾ ਪ੍ਰਧਾਨ ਮੰਤਰੀ ਆ ਤੁਸੀਂ ਮੀਡੀਆ ਵਾਲੇ ਦੇਖੋ ਜੀ ਤੁਸੀਂ ਤਾਂ ਉਹਦੇ ਬਾਰੇ ਗੱਲ ਕੀਤੀ ਉਹ ਤਾਂ ਹੈਗੇ ਹੀ ਹੈਗੇ ਨਾ ਜੀ ਉੱਥੇ ਇੱਕ ਸਟੇਟ ਆ ਜੀ ਉੱਥੇ ਮੇਅਰ ਅਤੇ ਗਵਰਨਰ ਇਸ ਤਰੀਕੇ ਨਾਲ ਚੱਲਦੇ ਨੇ ਜੀ ਮੇਅਰ ਨੇ ਆਰਡਰ ਕਰਤਾ ਕਿ ਜੋ ਸਕੂਲ ਕਾਲਜ ਨੇ ਬੰਦ ਕਰ ਦੇਣਾ ਜੀ ਠੀਕ ਹੈ ਗਵਰਨਰ ਕਹਿੰਦਾ ਤੇਰੇ 'ਚ ਪਾਵਰ ਹੀ ਹੈ ਨਹੀਂ ਕਿ ਤੂੰ ਮੈਥੋਂ ਪੁੱਛ ਕੇ ਕਿਉਂ ਨਹੀਂ ਕੀਤਾ ਸੰਸਥਾ ਉਹਨੇ ਇਹ ਗੱਲ ਕਹੀ ਹੈ ਕਿ ਸਭ ਤੋਂ ਹੁਣ ਤੋਂ ਬਾਅਦ ਜਿਹੜੇ ਦੋ ਦੇਸ਼ ਜਿਨ੍ਹਾਂ ਦੇ ਨਾਲ ਚਾਈਨਾ ਤੇ ਇੱਕ ਨਾਲ ਜਿਨ੍ਹਾਂ ਨੇ ਇੰਡੀਆ ਦਾ ਇੰਡੀਆ ਕਿ ਇਹ ਬਚਾ ਕਰ ਲੈਣਗੇ ਆਪਣਾ ਉਹਨਾਂ ਨੇ ਗੱਲ ਕਹੀ ਹੈ ਕਿ ਚਾਈਨਾ ਤੇ ਇੰਡੀਆ ਇਹ ਬਚਾ ਕਰ ਲੈਣਗੇ ਵੀ ਜਿਹੜਾ ਉੱਥੇ ਬਚਾਉਣ ਦਾ ਦਿਖਾਈ ਮੁਸ਼ਕਲ ਲੱਗਦਾ ਵੀ ਉੱਥੇ ਜਿਹੜਾ ਹਾਲਾਂਕਿ ਉੱਥੇ ਕੋਈ ਇੰਨਾ ਨਹੀਂ ਹੈਗੀ ਉੱਥੇ ਵੀ IMF ਵੀ ਉੱਥੇ ਆ ਵਰਲਡ ਬੈਂਕ ਜਿੰਨਾ ਹੈਗਾ ਸਭ ਕੁਛ ਉੱਥੇ ਆ ਸਿਰਫ ਉਹ ਚੱਕਰ ਦੇ ਵਿੱਚ ਉਹ ਇਹ ਚਾਹੁੰਦੇ ਆ ਕਿ ਪ੍ਰਧਾਨ ਮੰਤਰੀ ਸੋਚਣੀ ਸ਼ਾਇਦ ਇਹ ਹੋ ਸਕਦੀ ਹੈ ਕਿ ਇਕਨੋਮੀ ਬਚਾਈ ਜਾਵੇ ਬਾਕੀ ਦੇਖਿਆ ਜਾਵੇ ਜੋ ਹੁੰਦਾ ਦੇਸੀ ਆਉਂਦਾ ਜੀ ਸਭ ਨੂੰ ਪਤਾ ਕਿ ਉੱਥੇ ਕੀ ਹੋ ਰਿਹਾ ਅਮੈਰੀਕਾ ਦੇ ਵਿੱਚ ਕਿੰਨਾ ਦਿਨ ਬ ਦਿਨ ਜਿਹੜਾ ਕੇਸ ਵੱਧਦੇ ਜਾ ਰਹੇ ਨੇ ਦਿਨ ਬ ਦਿਨ ਮੌਤਾਂ ਵੱਧਦੀਆਂ ਜਾ ਰਹੀਆਂ ਘਟਣ ਦੀ ਬਜਾਏ ਕੰਮ ਜਿਹੜਾ ਹੈਗਾ ਜ਼ਿਆਦਾ ਵੱਧ ਰਿਹਾ ਵਾ ਜਲੀਕੱਟੂ ਨਾਂ ਦੀ ਹੁੰਦੀ ਆ ਕੋਈ ਖੇਡ ਹੈ ਕੋਈ ਤਿਉਹਾਰ ਉਹਨਾਂ ਦਾ ਕੋਈ ਕੁਛ ਵੀ ਕਹਿ ਸਕਦੇ ਉਹਦੇ ਵਿੱਚ ਇਹ ਬੇਸਿਕਲੀ ਝੋਟੇ ਤੇ ਨਿਰਭਰ ਹੁੰਦੀ ਆ ਜਿਹਦਾ ਝੋਟਾ ਉਹਦੇ ਵਿੱਚ ਭਾਗ ਲੈਂਦਾ ਜੀ ਉਹਨੂੰ ਇੱਕ ਬਹੁਤ ਪਵਿੱਤਰ ਮੰਨਿਆ ਜਾਂਦਾ ਜੀ ਲੋਕ ਉਹਨੂੰ ਦੂਰੋਂ ਨੂੰ ਦੇਖਣ ਆਉਂਦੇ ਨੇ ਜੀ ਕਹਿੰਦੇ ਨੇ ਕੱਲ੍ਹ ਕਿ ਪਰਸੋਂ ਸ਼ਾਇਦ ਇਹ ਸਾਨੂੰ ਨਹੀਂ ਹੈ ਉੱਥੇ ਡੈਥ ਹੋ ਗਈ ਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਉੱਥੇ ਇਕੱਠੇ ਹੋ ਜੀ ਉਹ ਕਿਹਦੀ ਗਲਤੀ ਕਹੀ ਜਾਵੇ ਸਭ ਉੱਥੋਂ ਦੀਆਂ ਸਰਕਾਰਾਂ ਦੀ ਗਲਤੀ ਸਰ ਅਕਸਤਾ ਹੋਣਾ ਹੀ ਦੇਣਾ ਹੈਗਾ ਸਰ ਉਹਨੂੰ ਮਰੇ ਹੋਏ ਝੋਟੇ ਨੂੰ ਦੇਖ ਝੋਟਾ ਉੱਥੇ ਮਰ ਗਿਆ ਸੀ ਖਬਰ ਮਿਲੀ ਸੀ ਕਹਿੰਦੇ ਉਹ ਮਰ ਗਿਆ ਤੇ ਉਹਨੂੰ ਦੇਖਣ ਲਈ ਲੋਕ ਜਿਹੜੇ ਬਹੁਤ ਤਾਦਾਦ ਦੇ ਵਿੱਚ ਇਕੱਠੇ ਇੱਥੇ ਹੁਣ ਕੀ ਮੰਨਿਆ ਜਾਵੇ ਕੋਈ ਨਹੀਂ ਜੀ ਬੁਰਾ ਹਾਲ ਆ ਕੋਈ ਨਹੀਂ ਦੇਖਦਾ ਪਿਆ ਤੇ ਗੱਲ ਮਨਪ੍ਰੀਤ ਜੀ ਤੁਸੀਂ ਇਹਦੇ ਬਾਰੇ ਅੱਗੇ ਵੀ ਜਿਹੜੀ ਅਪਡੇਟ ਇਹਦੇ ਬਾਰੇ ਵੀ ਜਾਣਕਾਰੀ ਦਿਓ ਆਪਾਂ ਦੁਨੀਆਂ ਤੇ ਬੈਠੇ ਹਾਂ ਜੀ ਹਜੇ ਤਾਂ ਸਪੇਨ ਦੇ ਵਿੱਚ ਜੀ 184,948 ਕੇਸ ਆ ਚੁੱਕੇ ਨੇ ਜੀ 19,315 ਉੱਥੇ ਡੈਥ ਹੋ ਚੁੱਕੀਆਂ ਸਪੇਨ ਦੀ ਗੱਲ ਆ ਜੀ 19,000
ਸਥਿਤੀ ਦਿਨ ਬਾਏ ਦਿਨ ਵੱਧਦੀ ਜਾ ਰਹੀ ਹੈ। ਕੋਰੋਨਾ ਵਾਇਰਸ ਦਾ ਜਿਹੜਾ ਹੈਗਾ ਪ੍ਰਭਾਵ ਘਟਣ ਦੀ ਬਜਾਏ ਦਿਨੋ ਦਿਨ ਉਹਦੇ ਵਿੱਚ ਆਪਾਂ ਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਆਪਾਂ ਨੂੰ ਸੰਭਲ ਦੀ ਲੋੜ ਆ। ਜੇਕਰ ਆਪਾਂ ਸੰਜਮ ਨਾਲ ਚੱਲਾਂਗੇ ਤਾਂ ਇਸ ਤੇ ਆਪਾਂ ਜੰਗ ਜਿਹੜੀ ਜਿੱਤ ਸਕਦੇ ਹਾਂ ਕੋਰੋਨਾ ਵਾਇਰਸ ਦੀ। ਹਾਂਜੀ ਜੀ, ਸੰਜਮ ਨਾਲ ਚੱਲਾਂਗੇ ਤੇ ਘਰਾਂ ਚ ਰਹਾਂਗੇ। ਬਿਲਕੁਲ ਸਰ, ਆਪਣੇ ਚੀਜ਼ ਰੱਖਣੀ ਪੈਣੀ ਆ ਜੀ। ਇੰਡੀਆ ਦੇ ਵਿੱਚ ਵੀ ਸਥਿਤੀ ਕਾਫੀ ਖਰਾਬ ਹੋ ਰਹੀ ਆ ਹੁਣ ਜੀ ਜੀ, ਕਿਉਂਕਿ ਟੈਸਟਿੰਗ ਕਿੱਦਾਂ ਵੀ ਹੋ ਰਹੀਆਂ, ਟੈਸਟ ਵੀ ਹੋ ਰਹੇ ਨੇ ਜੀ। 13,620 ਕੇਸ ਨੇ ਹੁਣ ਤੱਕ ਇੰਡੀਆ ਦੇ, ਜੋ ਇਹਨਾਂ ਦੀ COVID-19 ਦੇ ਰਿਪੋਰਟ ਦੇ ਮੁਤਾਬਕ ਕੋਈ ਅਫੀਸ਼ੀਅਲ ਨਹੀਂ ਆਈ ਥਿੰਕ, ਬਟ ਇਹਦੇ ਮੁਤਾਬਕ ਇੰਨੀਆਂ ਨੇ ਜੀ। ਐਕਟਿਵ ਕੇਸ ਨੇ 11,383, ਰਿਕਵਰ ਹੋ ਚੁੱਕੇ ਨੇ 1793 ਜੀ, ਤੇ ਡੈਥ ਹੋ ਚੁੱਕੇ 450 ਜੀ। ਸਭ ਦੇ ਕੇਸ ਨੇ ਮਹਾਰਾਸ਼ਟਰ ਦੇ ਵਿੱਚ ਇੱਥੇ। ਹਾਂਜੀ, ਮਹਾਰਾਸ਼ਟਰ ਦੀ ਸਥਿਤੀ ਜਿਹੜੀ ਕਾਫੀ ਖਰਾਬ ਲੱਗੀ ਪਈ ਹੈ। 3,200+ ਕੇਸ ਹੋ ਚੁੱਕੇ ਨੇ ਜੀ, 300 ਰਿਕਵਰ ਹੋਇਆ ਸਿਰਫ ਉੱਥੇ ਜੀ, 193 ਜੀ। ਦਿੱਲੀ ਦੇ ਵਿੱਚ 1640 ਜੀ, 52 ਡੈਥ ਹੋ ਚੁੱਕੀ, 52 ਰਿਕਵਰ ਹੋ ਚੁੱਕੇ ਆ ਜੀ, 38 ਲੋਕ ਡੈਥ ਮੌਤ ਦਿੱਲੀ ਦੇ ਵਿੱਚ ਦਿੱਲੀ ਦੇ ਜੀ। ਤਮਿਲਨਾਡੂ ਤੀਜੇ ਨੰਬਰ 'ਤੇ ਆ ਗਿਆ ਜੀ, ਸਭ ਤੋਂ ਅਫੈਕਟ ਕੀਤਾ। 1267 ਜੀ ਲੋਕ ਨੇ ਉੱਥੇ ਟੋਟਲ ਹੁਣ ਤੱਕ ਕਨਫਰਮ ਹੋਏ ਨੇ, 1280 ਰਿਕਵਰ ਹੋਏ ਨੇ ਤੇ 15 ਹੀ ਡੈਥ ਹੋ ਚੁੱਕੀ ਹੈ ਜੀ। ਤਮਿਲਨਾਡੂ, ਤਮਿਲਨਾਡੂ 'ਚ ਜਿੱਥੇ ਮੈਂ ਆਪਾਂ ਅੰਜਲੀ ਕਿੱਟੂ ਬਾਰੇ ਗੱਲ ਕੀਤੀ। ਬਿਲਕੁਲ ਸਰ, ਬਿਲਕੁਲ। ਤੇ ਇਸ ਤੋਂ ਬਾਅਦ ਰਾਜਸਥਾਨ ਜੀ,
1169 जो केस आ चुके ने उत्थे जी, ते 11 डेथ हो चुकी हैं ते 164 लोग उत्थे रिकवर हुए थे जी। इस तो बाद एमपी आ गए जिथे लोग कट्ठे हो सी कोई ना जी। 1160 लोग ने जो कन्फर्म हुए ने 1160 दे करीब 60 दे करीब कन्फर्म केस। हाँ जी जी, क्योंकि हो सकता 10-15 किसी भी जो स्टेट्स दस दें 10-15 लोग इधर हो सकता सर, क्योंकि अपडेट डेली नाल दी नाल बदलती जाती है जल्दी रहती है इधर हो सकता बद घट। हाँ जी हो सकते जी। तो एमपी जी इन्हें सी इधर सिर्फ 70 लोग रिकवर हुए ने तो 55 डेथ हो गई ना। डेथ की दर बहुत ज्यादा डेथ दर ज्यादा है जी एमपी जी। हाँ जी, गुजरात में 1000 प्लस लोग हो चुके हैं जी, जो 38 लोग डेथ हो चुकी है जी, 74 लोग रिकवर हुए हैं तक इतने बस। गुजरात यूपी के राज्य जी 805 जी हम तक टोटल केस कंफर्म हुए हैं, 13 डेथ हो चुकी हैं जी, 8 लोग जी जिन्हें रिकवर हुए जी। केरला हालत ठीक है, उन्होंने बहुत रोकथाम की हुई है केरला। हाँ जी जी, 394 लोग उत्थे कन्फर्म केस हुए ने जी, 245 रिकवर हो चुके ने ते सिर्फ 2 डेथ हो, उन्होंने 2 दे रोकिया होया। केरला दा मॉडल सारे देश नु अपनाना पैना। बिल्कुल जी बिल्कुल, तां कोई हल हो सकदा उन्होंने उत्थे ऐसे की संजय भारती है जेहड़ा केरला दा इन्ना जेहड़ा रोक लाई उन्होंने। केरला ने सोशल डिस्टेंसिंग सब तो ज्यादा जी, बाकी उत्थे तुहानू शायद 2 साल पहले उत्थे साल 2 साल पहले दी गल निपाह वायरस भी आया सी जी, उत्थों दी जो सेहत मंत्री है जी बहुत ही बड़ी लिखी ਜੀ ਤੇ ਵੈਲੇ ਜੀ ਜੀ ਟੀਚਰ ਨੇ ਉਹਨਾਂ ਨੇ ਉਹਦਾ ਵੀ ਮੁਕਾਬਲਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਸੀਗਾ, ਲੋਕ ਲਗਾ ਲਈ ਸੀ ਤੇ ਇਹਦੇ ਤੇ ਵੀ ਉਹਨਾਂ ਨੇ ਲੋਕ ਲਗਾ ਚੁੱਕੇ ਆ ਜੀ। ਇਹ ਹਾਲ ਆ ਜੀ ਹਰਿਆਣੇ ਚ 200 ਪਲੱਸ ਹੋ ਚੁੱਕੇ ਹਨ, 200 ਪਲੱਸ ਹੋ ਚੁੱਕੇ ਹਨ, 215 ਕੇਸ ਹੋ ਚੁੱਕੇ ਨੇ, 215 ਜਿਹੜੇ ਪੋਜ਼ਿਟਿਵ ਕੇਸ ਆ ਗਏ। ਪੰਚਕੁਲੇ ਦੇ ਵਿੱਚ ਜੋ ਕੱਲ ਗੱਲ ਕੀਤੀ ਉਹ ਵਿੱਚ ਹੀ ਮੌਕੇ ਤੋਂ ਵੀ ਸੁਣਿਆ ਕਿ 215 ਹੋ ਚੁੱਕੇ ਨੇ, ਹੋਰ ਵੀ ਕੇਸ ਵੱਧ ਰਹੇ ਨੇ ਉੱਥੇ ਜੀ, ਤੇ 65 ਲੋਕਾਂ ਦੀ ਰਿਕਵਰੀ ਹੋਈ ਤੇ 3 ਡੈਥ ਹੋ ਚੁੱਕੀ ਆ ਉੱਥੇ ਜੀ। ਪੰਜਾਬ ਦੇ ਵਿੱਚ 197 ਕੇਸ ਕਨਫਰਮ ਹੋਏ ਨੇ ਜਿਹੜੇ ਹੈਗੇ ਆ ਪੰਜਾਬ ਦੀ ਦੱਸਣ ਜਾ ਰਹੇ ਦਰਸ਼ਕੋ, ਜਿਹੜਾ ਪੰਜਾਬ ਦੀ ਜਿਹੜੀ ਅਪਡੇਟ ਆ ਅੱਜ ਦੀ ਤੁਸੀਂ ਧਿਆਨ ਨਾਲ ਸੁਣਿਓ, 200 ਦੇ ਕਰੀਬ ਹੈ ਜੀ, 200 ਦੇ ਕਰੀਬ ਜਿਹੜੇ ਕੇਸ ਕਨਫਰਮ ਹੈਗੇ ਆ ਪੰਜਾਬ ਦੇ ਜੀ। ਮਨਪ੍ਰੀਤ ਜੀ ਅੱਗੇ ਤੇ 14 ਲੋਕੀ ਡੈਥ ਹੋ ਚੁੱਕੇ ਤੇ 29 ਲੋਕ ਰਿਕਵਰ ਕਰ ਚੁੱਕੇ ਨੇ, 14 ਲੋਕਾਂ ਦੀ ਡੈਥ ਹੋਈ ਆ ਤੇ 29 ਜਿਹੜੇ ਹੈਗੇ ਆ ਰਿਕਵਰ ਹੋਏ ਆ। ਦਰਸ਼ਕੋ ਇਹ ਪੰਜਾਬ ਦੀ ਅਪਡੇਟ ਆ ਜਿਹੜਾ ਮਨਪ੍ਰੀਤ ਜੀ ਇਹਦਾ ਅੱਗੇ ਜਿਹੜਾ ਪੰਜਾਬ ਦੇ ਵਿੱਚ ਅਲੱਗ ਅਲੱਗ ਡਿਸਟ੍ਰਿਕਟ ਨੇ ਉਹਨਾਂ ਦੀ ਵੀ ਦਰਸ਼ਕਾਂ ਨੂੰ ਜ਼ਰੂਰ ਦੱਸਿਆ ਜਾਵੇ ਕਿਹੜੇ ਕਿਹੜੇ ਡਿਸਟ੍ਰਿਕਟ ਦੀ ਕਿੱਥੇ ਕਿੱਥੇ ਤੋਂ ਜ਼ਿਆਦਾ ਕੇਸ ਮੁਹੱਲੇ ਚ ਨੇ ਜੀ। 56 ਕੇਸ ਜਿਹੜੇ ਮੰਨ ਕੇ ਚੱਲੋ ਕਿ ਜੀ 28% ਦੇ ਕਰੀਬ 28% ਜੀ 56 ਜੋ ਕੇਸ ਨੇ ਉਹ ਸਿਰਫ ਤੇ ਸਿਰਫ ਐਸੇ ਐਸੇ ਨਾਲ ਮੁਹੱਲੇ ਚ ਨੇ ਮੁਹੱਲੇ ਚ। ਜਲੰਧਰ ਚ 31 ਕੇਸ ਹੋ ਚੁੱਕੇ ਨੇ। ਹਾਂਜੀ ਜਲੰਧਰ ਚ ਕੱਲ 25 ਸੀ 6 ਅੱਜ ਹੋਰ ਆਉਣ ਦੇ ਬਾਵਜੂਦ ਟੋਟਲ ਜਿਹੜੇ 31 ਕੇਸ ਉੱਤੇ ਪੋਜ਼ਿਟਿਵ ਪਾਏ ਗਏ। ਜਲੰਧਰ ਦੀ ਸਥਿਤੀ ਵੀ ਡਾਊਨ ਹੁੰਦੀ ਦਿਖਾਈ ਦੇ ਰਹੀ ਹੈ। ਖਾਨਪੁਰ ਤੋਂ 24 ਕੇਸ ਆ ਚੁੱਕੇ ਨੇ ਜੀ। ਇਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਨਗਰ ਜਿਹੜੇ 4 ਨੇ ਜਿਹਦੇ ਵਿੱਚ 19 ਕੇਸ ਨੇ, ਇਹ ਚਾਰੇ ਰੈੱਡ ਜ਼ੋਨ ਅਲਰਟ ਕਰਤੇ ਆ, ਇਹਨਾਂ ਨੂੰ ਹੌਟਸਪੌਟ ਮੰਨਿਆ ਗਿਆ ਜੀ ਤੇ ਕਾਫੀ ਲੋਕਾਂ ਇੱਥੇ ਲੱਗੀਆਂ ਹੋਈਆਂ ਨੇ ਜੀ। ਫਿਰ ਮਾਨਸਾ, ਲੁਧਿਆਣਾ ਤੇ ਅੰਮ੍ਰਿਤਸਰ ਵਿੱਚ 11 ਕੇਸ, 11 ਹੁਸ਼ਿਆਰਪੁਰ ਵਿੱਚ 7 ਨੇ, ਪਟਿਆਲਾ 'ਚ 6 ਨੇ, ਉੱਥੇ 2 ਕੇਸ ਵਧੇ ਨੇ ਕੱਲ ਜੀ ਪਟਿਆਲਾ 'ਚ ਵਧ ਗਿਆ ਜੀ। ਹਾਂਜੀ ਮੋਗੇ 'ਚ 4 ਨੇ ਜੀ, ਸੰਗਰੂਰ 'ਚ 3 ਨੇ ਜੀ, ਰੂਪਨਗਰ 'ਚ 3 ਨੇ, ਫਰੀਦਕੋਟ ਵਿੱਚ 3 ਨੇ, ਕਪੂਰਥਲਾ 'ਚ 2 ਨੇ, ਫਤਿਹਗੜ੍ਹ ਸਾਹਿਬ 'ਚ 2 ਨੇ ਜੀ, ਬਰਨਾਲੇ 'ਚ 2 ਨੇ, ਸ੍ਰੀ ਮੁਕਤਸਰ ਸਾਹਿਬ ਦੇ ਵਿੱਚ 1 ਆ ਤੇ ਗੁਰਦਾਸਪੁਰ ਦੇ ਵਿੱਚ 1 ਆ। ਗੁਰਦਾਸਪੁਰ ਦੀ ਸ਼ਾਇਦ ਆਪਾਂ ਥੋੜ੍ਹੀ ਪ੍ਰੋਪਰ ਇਨਫੋਰਮੇਸ਼ਨ ਨਹੀਂ ਮਿਲੇਗੀ, ਜੋ 1 ਕੇਸ ਸੀ ਸ਼ਾਇਦ ਉਹ ਕਹਿੰਦੇ ਆ ਕਿ ਦਰਸ਼ਕਾਂ ਨੂੰ ਅਪੀਲ ਕਰਦੇ ਆ ਕਿ ਜੇਕਰ ਤੁਸੀਂ ਸੋਸ਼ਲ ਡਿਸਟੈਂਸ ਸਮਾਜਿਕ ਦੂਰੀ ਦਾ ਧਿਆਨ ਨਾ ਰੱਖਿਆ ਤਾਂ ਹੋ ਸਕਦਾ ਅਮੈਰੀਕਾ ਵਰਗੀ ਸਥਿਤੀ ਵੀ ਆਪਣੇ ਇੰਡੀਆ 'ਚ ਜਿਹੜੀ ਬਣ ਸਕਦੀ ਹੈ। ਤੁਸੀਂ ਦੇਖ ਸਕਦੇ ਹੋ ਇਹਦਾ
सोचो कि हां जी जे आप घरे बैठने तो नहीं हो सकता बहुत ध्यान रखने की लोड़ है जिन्ना चेर वैक्सीनेशन तैयार नहीं होती दर्शको तुहानू दस्सिया कि मानपी जी ने बहुत वधिया ढंग नाल जिहड़ी अज दी डिटेल दसी आ तुसीं जाण गए होंगे कि जिहड़ी स्थिति आ दिन ब दिन वधदी जा रही आ आपां नूं लोड है अज सरकार जिन्ना कुछ करदी है वह कर रही है पर आपां की कर रहे हैं कुछ हद तक तां मानपी जी लोग जिहड़े बहुत समझदार भी हो गए आ देखदे आ दोस्तां मेरा इक ਉਹਨਾਂ ਫੋਨ ਕੀਤਾ ਉਹ ਸੁਬਹ ਉਹਨਾਂ ਨੂੰ ਕੋਈ ਟਰਾਲਾ ਚਲਾ ਰਹੇ ਜੋ ਜੀ ਉਹਨਾਂ ਨੂੰ ਕੋਈ ਗੱਡੀ ਇੱਥੇ ਭਰੀ ਹੋਈ ਸੀ ਖਾਲੀ ਕਰਨ ਜਾਣਾ ਸੀ ਕਿਤੇ ਜੀ ਤੇ ਨਾਮ ਨਹੀਂ ਲਵਾਂਗਾ ਮੈਂ ਕਿਹੜੇ ਜ਼ਿਲ੍ਹੇ ਦੀ ਗੱਲ ਹੈ ਜੀ ਜਿੱਥੋਂ ਦੇ ਲੁਕਿਆ ਸੁਬਹ 5 ਵਜੇ ਦੀ ਗੱਲ ਜੀ ਐਂ ਲੱਗ ਰਿਹਾ ਸੀ ਜਿਵੇਂ ਕੋਈ ਹੈ ਹੀ ਨਹੀਂ ਕੋਈ ਕਰਫਿਊ ਜਾਂ ਲੋਕਡਾਊਨ ਹੈ ਹੀ ਨਹੀਂ ਅੱਛਾ ਇੰਨੇ ਬਾਈਕਸ ਵਾਲੇ ਇੰਨੇ ਗੱਡੇ ਵਾਲੇ ਇੰਨੇ ਮੋਟਰ ਯਾਨੀ ਕਿ दिन रात जागदा ही फिरदा पता नहीं किथे केड़े समें दे विच रब ना करे आपां नूं टक्कर जावे ते आपां उहदा शिकार हो जाईए इस करके आपां नूं घरे दे विच ही रहना चाहीदा वार वार मास्क लगाना जरूरी करता बिल्कुल जी जे मास्क नहीं लगाया होगा इंडिया दे विच तुहाडा चलान कट्टा जा सकदा 1 साल दी सजा भी हो सकदी है जी एक बहुत वधिया होर भी काम कीता थुक्कण ते पाबंदी लग चुकी आ ए बहुत वधिया गल आ इहदे तों भी जिहड़ा हैगा वधण दी चांसेस सीगे दर्शको उम्मीद करदे हां तुहानूं अज दा साडा प्रोग्राम ਵਧੀਆ ਲੱਗਾ ਹੋਊਗਾ ਤੇ ਅੱਗੇ ਤੋਂ ਵੀ ਅਸੀਂ ਜਿਹੜੀ ਕੱਲ ਦੀ ਅਪਡੇਟ ਲੈ ਕੇ ਪੇਸ਼ ਹੋਵਾਂਗੇ ਸਾਡੇ ਮਨਪ੍ਰੀਤ ਜੀ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ।